ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿੱਥੇ ਭਾਰਤ ਸਰਕਾਰ ਵੱਲੋਂ ਅਹਿਤਿਆਤ ਵਰਤਦਿਆਂ ਹੋਇਆਂ ਕਦਮ ਚੁੱਕੇ ਜਾ ਰਹੇ ਨੇ, ਉੱਥੇ ਹੀ ਅਲੱਗ ਅਲੱਗ ਸੂਬਾ ਸਰਕਾਰਾਂ ਵੱਲੋਂ ਵੀ ਆਪਣੇ ਸੂਬੇ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਆਪਣੇ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਨੇ। ਇਸੇ ਤਹਿਤ ਹੀ ਹਿਮਾਚਲ ਸਰਕਾਰ ਵੱਲੋਂ ਵੀ ਟੂਰਿਜ਼ਮ ਦੀ ਐਂਟਰੀ ਨੂੰ ਹਿਮਾਚਲ 'ਚ ਬੰਦ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਤੋਂ ਮਹਿਜ਼ 15 ਕਿਲੋਮੀਟਰ ਦੀ ਦੂਰੀ ਤੋਂ ਸ਼ੁਰੂ ਹੁੰਦੀ ਦੇਵ ਭੂਮੀ ਹਿਮਾਚਲ ਦੀ ਹੱਦ 'ਤੇ ਵੀ ਹਿਮਾਚਲ ਪੁਲਿਸ ਵੱਲੋਂ ਬੈਰੀਗੇਡਸ ਲਗਾ ਕੇ ਟੂਰਿਜ਼ਮ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਪੂਰੀ ਮੁਸ਼ਤੈਦੀ ਨਾਲ ਹਰ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਵਿਅਕਤੀਆਂ ਕੋਲ ਹਿਮਾਚਲ ਦੀ ਰਹਾਇਸ਼ ਦਾ ਆਧਾਰ ਕਾਰਡ ਨਹੀਂ ਹੈ ਉਹਨਾਂ ਨੂੰ ਚੈੱਕ ਪੋਸਟ ਤੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਵੱਧਦੇ ਹੋਏ ਪ੍ਰਕੋਪ ਨੂੰ ਦੇਖਦਿਆਂ ਹੋਇਆਂ ਹਿਮਾਚਲ ਸਰਕਾਰ ਵੱਲੋਂ 31 ਮਾਰਚ ਤੱਕ ਇਹ ਰੋਕ ਪੂਰਨ ਤੌਰ 'ਤੇ ਲਗਾਈ ਗਈ ਹੈ ਜਿਸ ਦਾ ਅਸਰ ਪੰਜਾਬ ਹਿਮਾਚਲ ਦੀ ਹੱਦ 'ਤੇ ਦੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਦੇਖੋ ਜੀ, ਇਹ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਕੋਈ ਵੀ ਬਿਮਾਰੀ ਜਿਹੜੀ ਹੈ ਫੈਲ ਸਕਦੀ ਹੈ। ਇਹਦੇ ਮੱਦੇਨਜ਼ਰ ਰੱਖਦੇ ਹੋਏ ਬਾਹਰ ਦੇ ਟੂਰਿਸਟ ਜਿਹੜੇ ਨੇ ਔਰ ਬਾਹਰ ਦੀ ਜਿਹੜੀ ਜਨਤਾ ਹੈ ਉਹਨਾਂ 'ਤੇ ਬੈਨ ਕੀਤਾ ਗਿਆ, ਗੱਡੀਆਂ ਵਗੈਰਾ ਜਿਹੜੀਆਂ ਨੇ ਉਹ ਵੀ ਰੋਕੀਆਂ ਜਾ ਰਹੀਆਂ ਨੇ ਅਤੇ ਇਹਦੇ ਕਰਕੇ ਜਿਹੜਾ ਹੈ ਵੀ ਵਾਇਰਸ ਫੈਲੇ ਨਾ, ਅਤੇ ਪ੍ਰਸ਼ਾਸਨ ਨੇ ਆਪਣੇ ਕਦਮ ਚੰਗੇ ਚੁੱਕੇ ਨੇ, ਉਹਨਾਂ ਦੇ ਬਤੌਰ ਸਾਨੂੰ ਜਿਹੜੀਆਂ ਹਿਦਾਇਤਾਂ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣਾ ਕੰਮ ਕਰ ਰਹੇ ਹਾਂ ਜੀ। ਐਂਟਰੀ ਜੋ ਹਿਮਾਚਲ ਕੇ ਲੋਕ ਹੈ, ਜੋ ਹਿਮਾਚਲ ਕੇ ਬਚਿੰਦੇ ਹੈ, ਜੋ ਰਹਿਣ ਵਾਲੇ ਹੈ, ਉਨਕੇ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਉਨਕੋ ਐਂਟਰੀ ਦੀ ਜਾ ਰਹੀ ਹੈ। ਬਾਕੀ ਅਦਰ ਪਰਸਨ ਜੋ ਹੈ ਉਨਕੇ ਲਈ ਬੈਨ ਹੈ ਜੀ। ਇਹ ਕਦ ਤੱਕ ਰਹੇਗਾ ਸਰ? ਜੇ 31 ਮਾਰਚ ਤੱਕ ਰਹੇਗਾ ਜੀ। Are you ready to study? We have the Hoshiarpur's number 1 institute, well equipped labs with modern facilities. For more information log on to www.hisexcellent.com. Admission open for the season 2021. His Excellent Institutes of Medical, Non-Medical and Commerce.